ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁਖਦਾਈ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮਾਨ ਸਨਮਾਨ ਨੂੰ ਢਾਹ ਲਾਉਣ ਵਾਲੀਆਂ ਕਾਰਵਾਈਆਂ ਜੜੀਆਂ ਨੇ ਉਹ ਲਗਾਤਾਰੀ ਪੰਜਾਬ ਦੀ ਤਰਤੀਬ ਦੇ ਉੱਤੇ ਹੋ ਰਹੀਆਂ ਨੇ ਔਰ ਬਦਕਿਸਮਤੀ ਹੈ ਕਿ ਜਿਹੜਾ ਵੀ ਦੋਸ਼ੀ ਜਿਹੜਾ ਹੈ ਉਹ ਮੌਕੇ ਦੇ ਉੱਤੇ ਫੜਿਆ ਜਾਂਦਾ ਉਸ ਨੂੰ ਪਾਗਲ ਕਰਾਰ ਜਿਹੜਾ ਹੈ ਉਹ ਪ੍ਰਸ਼ਾਸਨ ਵੱਲੋਂ ਦੇ ਦਿੱਤਾ ਜਾਂਦਾ ਕੌਣ ਕਰਵਾ ਰਿਹਾ ਹੈ ਕਿਵੇਂ ਹੋ ਰਹੀਆਂ ਨੇ ਇਨਾਂ ਦੇ ਪਿੱਛੇ ਕਿਹਦਾ ਹੱਥ ਹੈ ਕੌਣ ਵੱਡੇ ਸਾਜ਼ਿਸ਼ ਕਰਤਾ ਨੇ ਇਹ ਸਰਕਾਰ ਜਿਹੜਾ ਹੈ ਉਹ ਖੋਜ ਕਰਨ ਨੂੰ ਬਿਲਕੁਲ ਬੁਰੀ ਤਰ੍ਹਾਂ ਜਿਹੜਾ ਹੈ ਉਹ ਅਸਫਲ ਹੋਈ ਹੈ ਭਾਰਤ ਸਰਕਾਰ ਦੀਆਂ ਏਜੰਸੀਆਂ ਫੇਲ ਹੋਈਆਂ ਨੇ ਭਾਰਤ ਸਰਕਾਰ ਦਾ ਜਿਹੜਾ ਤੰਤਰ ਫੇਲ ਹੋਇਆ ਔਰ ਸਟੇਟ ਸਰਕਾਰ ਦਾ ਤੰਤਰ ਜਿਹੜਾ ਹੈ ਉਹ ਵੀ ਬੁਰੀ ਤਰ੍ਹਾਂ ਜਿਹੜਾ ਫੇਲ ਹੋਇਆ ਇੱਡੇ ਵੱਡੇ ਵੱਡੇ ਸਕੈਮ ਹੋ ਜਾਂਦੇ ਆ ਜੇ ਉਹ ਕੱਢ ਲਏ ਜਾਂਦੇ ਆ ਤੇ ਫਿਰ ਸਿੱਖਾਂ ਦੇ ਮਾਮਲੇ ਦੇ ਵਿੱਚ ਜਿਹੜਾ ਸਿੱਖਾਂ ਦੇ ਦਿਲਾਂ ਨੂੰ ਢਾਲ ਆ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾ ਕੇ ਤੇ ਉਹਨਾਂ ਦੋਸ਼ੀਆਂ ਬਾਰੇ ਖੁਰਾਖੋਜ ਜਿਹੜਾ ਹੈ ਉਹ ਲੱਭਣੋਂ ਸਾਡੀਆਂ ਜਿਹੜੀਆਂ ਏਜੰਸੀਆਂ ਅਸਮਰੱਥ ਕਿਉਂ ਨੇ ਕਿਉਂ ਨਹੀਂ ਇਹਨਾਂ ਨੂੰ ਸਫਲਤਾ ਮਿਲ ਰਹੀ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਕਿਉਂ ਲੱਗਦਾ ਹੈ ਜਿਵੇਂ ਜਾਣਬੁੱਝ ਕੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਸਤੇ ਔਰ ਸਿੱਖਾਂ ਨੂੰ ਧਾਰਮਿਕ ਤੌਰ ਤੇ ਸਿਆਸੀ ਤੌਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਖਤਮ ਕਰਨ ਦੇ ਲਈ ਇਸ ਕਿਸਮ ਦੀਆਂ ਕਣਾਉਣੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਸੀਂ ਭਾਰਤ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੇ ਹਾਂ ਕਿ ਆਪਣੀਆਂ ਸਾਰੀਆਂ ਏਜੰਸੀਆਂ ਸਾਰੀ ਤਾਕਤ ਜਿਹੜੀ ਹੈ ਇਹਨਾਂ ਦੋਸ਼ੀਆਂ ਦਾ ਖੁਰਾਖੋਜ ਲੱਭਣ ਲਈ ਔਰ ਖਾਸ ਤੌਰ ਦੇ ਉੱਤੇ ਇਹਨਾਂ ਦੋਸ਼ੀਆਂ ਦੇ ਪਿੱਛੇ ਜੋ ਸਾਜ਼ਿਸ਼ ਕਰਤਾ ਕਣਾਉਣਾ ਆਪਣਾ ਚਿਹਰਾ ੁਕਾ ਕੇ ਬੈਠਾ ਉਹਨੂੰ ਜਿਹੜਾ ਸਾਹਮਣੇ ਲਿਆਉਣ ਦੀ ਬਹੁਤ ਵੱਡੀ ਲੋੜ ਹੈ ਬਾਕੀ ਗੁਰਦੁਆਰਾ ਕਮੇਟੀਆਂ ਨੂੰ ਸਿੱਖ ਸੰਗਤਾਂ ਨੂੰ ਅਸੀਂ ਇਹ ਕਹਿਣਾ ਚਾਹਾਂਗੇ ਕਿ ਸਾਵਧਾਨੀ ਵਰਤੋ ਸੀਸੀਟੀਵੀ ਕੈਮਰੇ ਲਗਵਾਓ ਅਰ ਪੂਰੀ ਤਰ੍ਹਾਂ ਜਿਹੜਾ ਇਹhtiyat ਵਰਤੋ ਤਾਂ ਕਿ ਕੋਈ ਵੀ ਇਸ ਤਰ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮਾਨ ਸਨਮਾਨ ਨੂੰ ਢਾਹ ਲਾਉਣ ਦੀ ਜਿਹੜੀ ਹੈ ਕੋਈ ਕਾਰਵਾਈ ਜਿਹੜੀ ਹੈ ਉਹ ਨਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁਖਦਾਈ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮਾਨ ਸਨਮਾਨ ਨੂੰ ਢਾਹ ਲਾਉਣ ਵਾਲੀਆਂ ਕਾਰਵਾਈਆਂ ਜੜੀਆਂ ਨੇ ਉਹ ਲਗਾਤਾਰੀ ਪੰਜਾਬ ਦੀ ਤਰਤੀ ਦੇ ਉੱਤੇ ਹੋ ਰਹੀਆਂ ਨੇ ਔਰ ਬਦਕਿਸਮਤੀ ਹੈ ਕਿ ਜਿਹੜਾ ਵੀ ਦੋਸ਼ੀ ਜਿਹੜਾ ਹੈ ਉਹ ਮੌਕੇ ਦੇ ਉੱਤੇ ਫੜਿਆ ਜਾਂਦਾ ਹੈ ਉਸ ਨੂੰ پاگل ਕਰਾਰ ਜਿਹੜਾ ਹੈ ਉਹ ਪ੍ਰਸ਼ਾਸਨ ਵੱਲੋਂ ਦੇ ਦਿੱਤਾ ਜਾਂਦਾ ਹੈ ਕੌਣ ਕਰਵਾ ਰਿਹਾ ਹੈ ਕਿਵੇਂ ਹੋ ਰਹੀਆਂ ਨੇ ਇਹਨਾਂ ਦੇ ਪਿੱਛੇ ਕਿਹਦਾ ਹੱਥ ਹੈ ਕੌਣ ਵੱਡੇ ਸਾਜ਼ਿਸ਼ ਕਰਤਾ ਨੇ ਇਹ ਸਰਕਾਰ ਜਿਹੜਾ ਹੈ ਉਹ ਖੋਜ ਕਰਨੋਂ ਬਿਲਕੁਲ ਬੁਰੀ ਤਰ੍ਹਾਂ ਜਿਹੜਾ ਹੈ ਉਹ ਅਸਫਲ ਹੋਈ ਹੈ ਭਾਰਤ ਸਰਕਾਰ ਦੀਆਂ ਏਜੰਸੀਆਂ ਫੇਲ ਹੋਈਆਂ ਨੇ ਭਾਰਤ ਸਰਕਾਰ ਦਾ ਜਿਹੜਾ ਤੰਤਰ ਫੇਲ ਹੋਇਆ ਔਰ ਸਟੇਟ ਸਰਕਾਰ ਦਾ ਤੰਤਰ ਜਿਹੜਾ ਹੈ ਉਹ ਵੀ ਬੁਰੀ ਤਰ੍ਹਾਂ ਜਿਹੜਾ ਫੇਲ ਹੋਇਆ ਏਡੇ ਵੱਡੇ ਵੱਡੇ ਸਕੈਮ ਹੋ ਜਾਂਦੇ ਆ ਜੇ ਉਹ ਕੱਢ ਲਏ ਜਾਂਦੇ ਆ ਤੇ ਫਿਰ ਸਿੱਖਾਂ ਦੇ ਮਾਮਲੇ ਦੇ ਵਿੱਚ ਜਿਹੜਾ ਸਿੱਖਾਂ ਦੇ ਦਿਲਾਂ ਨੂੰ ਢਾਲ ਆ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾ ਕੇ ਤੇ ਉਹਨਾਂ ਦੋਸ਼ੀਆਂ ਬਾਰੇ ਖੋਰਾ ਖੋਜ ਜਿਹੜਾ ਹੈ ਉਹ ਲੱਭਣੋਂ ਸਾਡੀਆਂ ਜਿਹੜੀਆਂ ਏਜੰਸੀਆਂ ਅਸਮਰਥ ਕਿਉਂ ਨੇ ਕਿਉਂ ਨਹੀਂ ਇਹਨਾਂ ਨੂੰ ਸਫਲਤਾ ਮਿਲ ਰਹੀ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਕਿਉਂ ਲੱਗਦਾ ਹੈ ਜਿਵੇਂ ਜਾਣਬੁੱਝ ਕੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਸਤੇ ਔਰ ਸਿੱਖਾਂ ਨੂੰ ਧਾਰਮਿਕ ਤੌਰ ਤੇ ਸਿਆਸੀ ਤੌਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਖਤਮ ਕਰਨ ਦੇ ਲਈ ਇਸ ਕਿਸਮ ਦੀਆਂ ਕਾਨੂੰਨੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਸੀਂ ਭਾਰਤ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੇ ਹਾਂ ਕਿ ਆਪਣੀਆਂ ਸਾਰੀਆਂ ਏਜੰਸੀਆਂ ਸਾਰੀ ਤਾਕਤ ਜਿਹੜੀ ਹੈ ਇਹਨਾਂ ਦੋਸ਼ੀਆਂ ਦਾ ਖੁਰਾਖੋਜ ਲੱਭਣ ਲਈ ਔਰ ਖਾਸ ਤੌਰ ਤੇ ਉੱਤੇ ਇਹਨਾਂ ਦੋਸ਼ੀਆਂ ਦੇ ਪਿੱਛੇ ਜੋ ਸਾਜ਼ਿਸ਼ ਕਰਤਾ ਘਣਾਉਣਾ ਆਪਣਾ ਚਿਹਰਾ ਲੁਕਾ ਕੇ ਬੈਠਾ ਹੈ ਉਹਨੂੰ ਜਿਹੜਾ ਸਾਹਮਣੇ ਲਿਆਉਣ ਦੀ ਬਹੁਤ ਵੱਡੀ ਲੋੜ ਹੈ ਬਾਕੀ ਗੁਰਦੁਆਰਾ ਕਮੇਟੀਆਂ ਨੂੰ ਸਿੱਖ ਸੰਗਤਾਂ ਨੂੰ ਅਸੀਂ ਇਹ ਕਹਿਣਾ ਚਾਹਾਂਗੇ ਕਿ ਸਾਵਧਾਨੀ ਵਰਤੋ ਸੀਸੀਟੀਵੀ ਕੈਮਰੇ ਲਗਵਾਓ ਅਹਰ ਪੂਰੀ ਤਰ੍ਹਾਂ ਜਿਹੜਾ احتیاط ਵਰਤੋ ਤਾਂ ਕਿ ਕੋਈ ਵੀ ਇਸ ਤਰ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮਾਨ ਸਨਮਾਨ ਨੂੰ ਢਾਹ ਲਾਉਣ ਦੀ ਜਿਹੜੀ ਹੈ ਕੋਈ ਕਾਰਵਾਈ ਜਿਹੜੀ ਹੈ ਉਹ ਨਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁਖਦਾਈ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮਾਨ ਸਨਮਾਨ ਨੂੰ ਢਾਹ ਲਾਉਣ ਵਾਲੀਆਂ ਕਾਰਵਾਈਆਂ ਜੜੀਆਂ ਨੇ ਉਹ ਲਗਾਤਾਰੀ ਪੰਜਾਬ ਦੀ ਤਰਤੀਬ ਦੇ ਉੱਤੇ ਹੋ ਰਹੀਆਂ ਨੇ। ਔਰ ਬਦਕਿਸਮਤੀ ਹੈ ਕਿ ਜਿਹੜਾ ਵੀ ਦੋਸ਼ੀ ਜਿਹੜਾ ਹੈ ਉਹ ਮੌਕੇ ਦੇ ਉੱਤੇ ਫੜਿਆ ਜਾਂਦਾ ਹੈ ਉਸ ਨੂੰ ਪਾਗਲ ਕਰਾਰ ਜਿਹੜਾ ਹੈ ਉਹ ਪ੍ਰਸ਼ਾਸਨ ਵੱਲੋਂ ਦੇ ਦਿੱਤਾ ਜਾਂਦਾ ਹੈ। ਕੌਣ ਕਰਵਾ ਰਿਹਾ ਹੈ, ਕਿਵੇਂ ਹੋ ਰਹੀਆਂ ਨੇ ਇਹਨਾਂ ਦੇ ਪਿੱਛੇ ਕਿਹਦਾ ਹੱਥ ਹੈ, ਕੌਣ ਵੱਡੇ ਸਾਜ਼ਿਸ਼ਕਰਤਾ ਨੇ? ਇਹ ਸਰਕਾਰ ਜਿਹੜਾ ਹੈ ਉਹ ਖੋਜ ਕਰਨੋਂ ਬਿਲਕੁਲ ਬੁਰੀ ਤਰ੍ਹਾਂ ਜਿਹੜਾ ਹੈ ਉਹ ਅਸਫਲ ਹੋਈ ਹੈ। ਭਾਰਤ ਸਰਕਾਰ ਦੀਆਂ ਏਜੰਸੀਆਂ ਫੇਲ ਹੋਈਆਂ ਨੇ। ਭਾਰਤ ਸਰਕਾਰ ਦਾ ਜਿਹੜਾ ਤੰਤਰ ਫੇਲ ਹੋਇਆ ਔਰ ਸਟੇਟ ਸਰਕਾਰ ਦਾ ਤੰਤਰ ਜਿਹੜਾ ਹੈ ਉਹ ਵੀ ਬੁਰੀ ਤਰ੍ਹਾਂ ਜਿਹੜਾ ਫੇਲ ਹੋਇਆ। ਇਡੇ ਵੱਡੇ ਵੱਡੇ ਸਕੈਮ ਹੋ ਜਾਂਦੇ ਆ ਜੇ ਉਹ ਕੱਢ ਲਏ ਜਾਂਦੇ ਆ ਤੇ ਫਿਰ ਸਿੱਖਾਂ ਦੇ ਮਾਮਲੇ ਦੇ ਵਿੱਚ ਜਿਹੜਾ ਸਿੱਖਾਂ ਦੇ ਦਿਲਾਂ ਨੂੰ ਢਾਲ ਆ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾ ਕੇ ਤੇ ਉਹਨਾਂ ਦੋਸ਼ੀਆਂ ਬਾਰੇ ਖੋਰਾ ਖੋਜ ਜਿਹੜਾ ਹੈ ਉਹ ਲੱਭਣੋਂ ਸਾਡੀਆਂ ਜਿਹੜੀਆਂ ਏਜੰਸੀਆਂ ਅਸਮਰਥ ਕਿਉਂ ਨੇ ਕਿਉਂ ਨਹੀਂ ਇਹਨਾਂ ਨੂੰ ਸਫਲਤਾ ਮਿਲ ਰਹੀ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਕਿਉਂ ਲੱਗਦਾ ਹੈ ਜਿਵੇਂ ਜਾਣਬੁੱਝ ਕੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਸਤੇ ਔਰ ਸਿੱਖਾਂ ਨੂੰ ਧਾਰਮਿਕ ਤੌਰ ਤੇ ਸਿਆਸੀ ਤੌਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਖਤਮ ਕਰਨ ਦੇ ਲਈ ਇਸ ਕਿਸਮ ਦੀਆਂ ਕਾਨੂੰਨੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਸੀਂ ਭਾਰਤ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੇ ਹਾਂ ਤੇ ਆਪਣੀਆਂ ਸਾਰੀਆਂ ਏਜੰਸੀਆਂ ਸਾਰੀ ਤਾਕਤ ਜਿਹੜੀ ਹੈ ਇਹਨਾਂ ਦੋਸ਼ੀਆਂ ਦਾ ਖੁਰਾਖੋਜ ਲੱਭਣ ਲਈ ਔਰ ਖਾਸ ਤੌਰ ਦੇ ਉੱਤੇ ਇਹਨਾਂ ਦੋਸ਼ੀਆਂ ਦੇ ਪਿੱਛੇ ਜੋ ਸਾਜ਼ਿਸ਼ ਕਰਤਾ ਘਣਾਉਣਾ ਆਪਣਾ ਚਿਹਰਾ ਲੁਕਾ ਕੇ ਬੈਠਾ ਉਹਨੂੰ ਜਿਹੜਾ ਸਾਹਮਣੇ ਲਿਆਉਣ ਦੀ ਬਹੁਤ ਵੱਡੀ ਲੋੜ ਹੈ ਬਾਕੀ ਗੁਰਦੁਆਰਾ ਕਮੇਟੀਆਂ ਨੂੰ ਸਿੱਖ ਸੰਗਤਾਂ ਨੂੰ ਅਸੀਂ ਇਹ ਕਹਿਣਾ ਚਾਹਾਂਗੇ ਕਿ ਸਾਵਧਾਨੀ ਵਰਤੋ ਸੀਸੀਟੀਵੀ ਕੈਮਰੇ ਲਗਵਾਓ ਔਰ ਪੂਰੀ ਤਰ੍ਹਾਂ ਜਿਹੜਾ ਏhtਿਆਤ ਵਰਤੋ ਤਾਂ ਕਿ ਕੋਈ ਵੀ ਇਸ ਤਰ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮਾਨ ਸਨਮਾਨ ਨੂੰ ਢਾਹ ਲਾਉਣ ਦੀ ਜਿਹੜੀ ਹੈ ਕੋਈ ਕਾਰਵਾਈ ਜਿਹੜੀ ਹੈ ਉਹ ਨਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁਖਦਾਈ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮਾਨ ਸਨਮਾਨ ਨੂੰ ਢਾਹ ਲਾਉਣ ਵਾਲੀਆਂ ਕਾਰਵਾਈਆਂ ਜੜੀਆਂ ਨੇ ਉਹ ਲਗਾਤਾਰੀ ਪੰਜਾਬ ਦੀ ਤਰਤੀ ਦੇ ਉੱਤੇ ਹੋ ਰਹੀਆਂ ਨੇ ਔਰ ਬਦਕਿਸਮਤੀ ਹੈ ਕਿ ਜਿਹੜਾ ਵੀ ਦੋਸ਼ੀ ਜਿਹੜਾ ਹੈ ਉਹ ਮੌਕੇ ਦੇ ਉੱਤੇ ਫੜਿਆ ਜਾਂਦਾ ਹੈ ਉਸ ਨੂੰ پاگل ਕਰਾਰ ਜਿਹੜਾ ਹੈ ਉਹ ਪ੍ਰਸ਼ਾਸਨ ਵੱਲੋਂ ਦੇ ਦਿੱਤਾ ਜਾਂਦਾ ਹੈ ਕੌਣ ਕਰਵਾ ਰਿਹਾ ਹੈ ਕਿਵੇਂ ਹੋ ਰਹੀਆਂ ਨੇ ਇਹਨਾਂ ਦੇ ਪਿੱਛੇ ਕਿਹਦਾ ਹੱਥ ਹੈ ਕੌਣ ਵੱਡੇ ਸਾਜ਼ਿਸ਼ ਕਰਤਾ ਨੇ ਇਹ ਸਰਕਾਰ ਜਿਹੜਾ ਹੈ ਉਹ ਖੋਜ ਕਰਨੋਂ ਬਿਲਕੁਲ ਬੁਰੀ ਤਰ੍ਹਾਂ ਜਿਹੜਾ ਹੈ ਉਹ ਅਸਫਲ ਹੋਈ ਹੈ ਭਾਰਤ ਸਰਕਾਰ ਦੀਆਂ ਏਜੰਸੀਆਂ ਫੇਲ ਹੋਈਆਂ ਨੇ ਭਾਰਤ ਸਰਕਾਰ ਦਾ ਜਿਹੜਾ ਤੰਤਰ ਫੇਲ ਹੋਇਆ ਔਰ ਸਟੇਟ ਸਰਕਾਰ ਦਾ ਤੰਤਰ ਜਿਹੜਾ ਹੈ ਉਹ ਵੀ ਬੁਰੀ ਤਰ੍ਹਾਂ ਜਿਹੜਾ ਫੇਲ ਹੋਇਆ ਏਡੇ ਵੱਡੇ ਵੱਡੇ ਸਕੈਮ ਹੋ ਜਾਂਦੇ ਆ ਜੇ ਉਹ ਕੱਢ ਲਏ ਜਾਂਦੇ ਆ ਤੇ ਫਿਰ ਸਿੱਖਾਂ ਦੇ ਮਾਮਲੇ ਦੇ ਵਿੱਚ ਜਿਹੜਾ ਸਿੱਖਾਂ ਦੇ ਦਿਲਾਂ ਨੂੰ ਢਾਲ ਆ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾ ਕੇ ਤੇ ਉਹਨਾਂ ਦੋਸ਼ੀਆਂ ਬਾਰੇ ਖੋਰਾ ਖੋਜ ਜਿਹੜਾ ਹੈ ਉਹ ਲੱਭਣੋਂ ਸਾਡੀਆਂ ਜਿਹੜੀਆਂ ਏਜੰਸੀਆਂ ਅਸਮਰਥ ਕਿਉਂ ਨੇ ਕਿਉਂ ਨਹੀਂ ਇਹਨਾਂ ਨੂੰ ਸਫਲਤਾ ਮਿਲ ਰਹੀ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਕਿਉਂ ਲੱਗਦਾ ਜਿਵੇਂ ਜਾਣਬੁੱਝ ਕੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਸਤੇ ਔਰ ਸਿੱਖਾਂ ਨੂੰ ਧਾਰਮਿਕ ਤੌਰ ਤੇ ਸਿਆਸੀ ਤੌਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਖਤਮ ਕਰਨ ਦੇ ਲਈ ਇਸ ਕਿਸਮ ਦੀਆਂ ਕਾਨੂੰਨੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਸੀਂ ਭਾਰਤ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੇ ਹਾਂ ਕਿ ਆਪਣੀਆਂ ਸਾਰੀਆਂ ਏਜੰਸੀਆਂ ਸਾਰੀ ਤਾਕਤ ਜਿਹੜੀ ਹੈ ਇਹਨਾਂ ਦੋਸ਼ੀਆਂ ਦਾ ਖੁਰਾਖੋਜ ਲੱਭਣ ਲਈ ਔਰ ਖਾਸ ਤੌਰ ਤੇ ਉੱਤੇ ਇਹਨਾਂ ਦੋਸ਼ੀਆਂ ਦੇ ਪਿੱਛੇ ਜੋ ਸਾਜ਼ਿਸ਼ ਕਰਤਾ ਕਣੌਣਾ ਆਪਣਾ ਚਿਹਰਾ ਲੁਕਾ ਕੇ ਬੈਠਾ ਹੈ ਉਹਨੋ ਜਿਹੜਾ ਸਾਹਮਣੇ ਲਿਆਉਣ ਦੀ ਬਹੁਤ ਵੱਡੀ ਲੋੜ ਹੈ ਬਾਕੀ ਗੁਰਦੁਆਰਾ ਕਮੇਟੀਆਂ ਨੂੰ ਸਿੱਖ ਸੰਗਤਾਂ ਨੂੰ ਅਸੀਂ ਇਹ ਕਹਿਣਾ ਚਾਹਾਂਗੇ ਕਿ ਸਾਵਧਾਨੀ ਵਰਤੋ ਸੀਸੀਟੀਵੀ ਕੈਮਰੇ ਲਗਵਾਓ ਅਹ ਔਰ ਪੂਰੀ ਤਰ੍ਹਾਂ ਜਿਹੜਾ ਏhtiyat ਵਰਤੋ ਤਾਂ ਕਿ ਕੋਈ ਵੀ ਇਸ ਤਰ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮਾਨ ਸਨਮਾਨ ਨੂੰ ਢਾਹ ਲਾਉਣ ਦੀ ਜਿਹੜੀ ਹੈ ਕੋਈ ਕਾਰਵਾਈ ਜਿਹੜੀ ਹੈ ਉਹ ਨਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ